ਪੁਰਾਣੇ ਬਹੁਤ ਜਿਹੜੀਆਂ ਕਹਿੰਦੇ ਹੁੰਦੇ ਨਾ ਜੀ, ਵਾਰਿਸ ਸ਼ਾਹ ਨਾਲ ਵਾਰਤਾਂ ਜਾਂਦੀਆਂ ਨੇ, ਚਾਹੇ ਇਕੱਠੀਆਂ ਪੂਰੀਆਂ ਪੂਰੀਆਂ ਜੀ ਹੈਗਾ ਜੀ ਤੁਹਾਡੇ, ਮਤਲਬ ਉਹ ਵੈਸੇ ਉਹਨਾਂ ਦੀ ਗਿਣਤੀ ਜ਼ਿਆਦਾ ਨਹੀਂ ਹੈ, ਉਹ 2% ਹੋਣਗੇ, 5% ਹੋਣਗੇ, ਇਸ ਤੋਂ ਜ਼ਿਆਦਾ ਨਹੀਂ ਹੈ, 90-95% ਲੋਕ ਸਹੀ ਹੈ ਜਿਹੜੇ ਸਹੀ ਕੰਮ ਕਰਦੇ ਆ ਔਰ ਉਹ ਕਰਨਾ ਚਾਹੁੰਦੇ ਆ, ਜਿਹੜੇ 2-5% ਹੈਗੇ ਮੈਂ ਉਹਨਾਂ ਨੂੰ ਇੱਕ ਵਾਰੀ ਫਿਰ ਕਹਿੰਦਾ ਕਿ ਤੁਹਾਨੂੰ ਆਖਰੀ ਵਾਰਨਿੰਗ ਸਮਝ ਲਓ, ਮੇਰੀ ਪਿਆਰ ਨਾਲ ਨਸੀਹਤ ਸਮਝ ਲਓ ਆਪਣੇ ਵੱਡੇ ਭਰਾ ਦੀ, ਕਿ ਤੁਸੀਂ ਜਿਹੜਾ ਹਸਪਤਾਲ ਦਾ ਕੰਮ ਹੈ ਉਹ ਇਮਾਨਦਾਰੀ ਨਾਲ ਕਰੋ, ਆਓ ਇੱਥੇ ਪੂਰਾ ਟਾਈਮ ਦਿਓ, ਬੱਚਿਆਂ ਨੂੰ ਪੜ੍ਹਾਓ ਔਰ ਤੁਹਾਨੂੰ ਬਹੁਤ ਅੱਛੀਆਂ ਤਨਖਾਹ ਦੇ ਰਹੀ ਹੈ ਪ੍ਰੋਫੈਸਰ ਦੇ ਲੈਵਲ 'ਤੇ, ਇੱਦਾਂ ਦੀ ਗੱਲ ਨਹੀਂ ਹੈ, ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਨਾ ਕਰੋ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਐਗਜ਼ਾਮਪਲਰੀ ਪਨਿਸ਼ਮੈਂਟ ਵੀ ਮਿਲੇਗੀ ਕੁਛ ਲੋਕਾਂ ਨੂੰ, ਸੋ ਵੀ ਆਰ ਵਾਚਿੰਗ, ਸੋ ਮੈਂ ਬੇਨਤੀ ਕਰਦਾ ਕਿ ਇਹੋ ਜਿਹੀ ਗੱਲਬਾਤ ਨਾ ਹੋਵੇ। ਵੈਸੇ ਜਿਹੜਾ ਰਜਿੰਦਰਾ ਹਸਪਤਾਲ ਹੈ ਜੀ, ਆਈ ਮਸਟ ਪੁੱਟ ਇਟ ਔਨ ਰਿਕਾਰਡ ਕਿ ਕਰੋਨਾ ਦੇ ਵੇਲੇ ਜਿਹੜੀ ਬਹੁਤ ਵੱਡੀ ਇਹਨਾਂ ਨੇ ਸੇਵਾ ਕੀਤੀ ਆ, ਡਾਕਟਰਸ 99% ਕੰਮ ਬਹੁਤ ਵਧੀਆ ਕਰ ਰਹੇ ਆ, ਕਰੋਨਾ 'ਚ ਐਗਜ਼ਾਮਪਲਰੀ ਸੀਗਾ ਜੀ ਆਪਣਾ, ਕੋਈ ਵੀ ਐਮਰਜੈਂਸੀ ਆਉਂਦੀ ਆ, ਹੁਣ ਡਾਇਰੀਆ ਦੇ ਪੇਸ਼ੈਂਟਸ ਆ ਰਹੇ ਆ, ਬਹੁਤ ਅੱਛਾ ਹੋ ਰਿਹਾ, ਰਿਸ਼ਤੇ ਸਕੀਮ ਬਹੁਤ ਅੱਛੀ ਤਰ੍ਹਾਂ ਲਾਗੂ ਕੀਤੀ ਆ, ਜ਼ਿਆਦਾ ਵਧੀਆ ਹੀ ਆ। ਆ ਜਿਹੜੇ 1-2% ਜਿਹੜੀ ਬੈਡ ਫੇਸ ਹੈਗੀ ਆ, ਮੈਂ ਡਾਕਟਰਾਂ ਨੂੰ ਵੀ ਕਹਿੰਦਾ ਕਿ ਉਹਨਾਂ ਨੂੰ ਤੁਸੀਂ ਉਹ ਸਮਝਾ ਲਓ ਉਹਨਾਂ ਨੂੰ, ਨਹੀਂ ਤਾਂ ਅਦਰਵਾਈਜ਼ ਫਿਰ ਮੈਂ। ਹਾਂ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ, ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਉਹਦੇ ਵਿੱਚ, ਅੱਜ ਸਾਰੇ ਪੰਜਾਬ ਦੇ ਜਿੰਨੇ ਸਾਡੇ ਜ਼ਿਲ੍ਹਾ ਹਸਪਤਾਲ ਹੈ ਜੀ, ਸਬ ਡਿਵੀਜ਼ਨ ਹੋਸਪਿਟਲ ਹੈ ਔਰ ਕਮਿਊਨਿਟੀ ਹੈਲਥ ਸੈਂਟਰ ਹੈ, ਜਿਹੜੀ ਵੀ ਸਰਕਾਰੀ ਡਿਸਪੈਂਸਰੀ, ਜਿਹੜੇ ਪੰਜਾਬ ਦੋ ਹੈਗੇ ਜੀ, ਇਹ ਇੱਕ ਤਾਂ ਹੈਗਾ ਜੀ ਤੁਹਾਡਾ ਜਿਹੜਾ ਹੈਲਥ ਐਂਡ ਫੈਮਿਲੀ ਵੈਲਫੇਅਰ, ਜਿਹਦਾ ਵੀ ਉਹਦਾ ਵੀ ਮੈਂ ਹੀ ਮਿਨਿਸਟਰ ਹਾਂ ਜੀ, ਉਹਦੇ 'ਚ ਦਵਾਈਆਂ ਮਿਲ ਰਹੀਆਂ, EDL ਵੀ ਮਿਲ ਰਹੀ ਹੈ, ਖਰੀਦ ਕੇ ਦਿੱਤੀਆਂ ਜਾ ਰਹੀਆਂ, ਟੈਸਟ ਵੀ ਫਰੀ ਹੋ ਰਹੇ ਆ, ਫਰਿਸ਼ਤੇ ਸਕੀਮ ਵੀ ਚੱਲ ਰਹੀ ਆ। ਦੂਜਾ ਸਾਡਾ ਹੈਗਾ ਕਿ ਜਿਹੜੇ ਮੈਡੀਕਲ ਕਾਲਜਸ ਹੈ ਸਾਡੇ ਕੋਲ, ਗੌਰਮੈਂਟ ਦੇ ਕੰਟਰੋਲ 'ਚ ਦੋ ਹੀ ਹੈ, ਇੱਕ ਯੂਨੀਵਰਸਿਟੀ ਕੋਲ ਹੈ, ਇੱਕ ਸੋਸਾਇਟੀ ਕੋਲ ਹੈ, ਉਹਦੇ ਵਿੱਚ ਜਿਹੜੀ ਤੁਸੀਂ ਕਹਿ ਰਹੇ ਹੋ ਉੱਥੇ ਤੁਹਾਡੀ ਗੱਲ ਠੀਕ ਹੈ, ਉਹ ਅਸੀਂ ਕਿਤੇ ਨਾ ਕਿਤੇ ਜਦੋਂ ਆਪਾਂ ਕੀਤਾ ਨਾ ਜੀ, ਉਹਦੇ ਵਿੱਚ ਉਹ ਸਕੀਮ ਪੂਰੀ ਇੰਪਲੀਮੈਂਟ ਨਹੀਂ ਕਰ ਸਕੀ, ਉਹਦੇ ਵਾਸਤੇ ਹੁਣ ਮੈਂ ਕੰਮ ਕਰ ਰਿਹਾ, ਇਹਨਾਂ ਦੇ ਵਿੱਚ ਵੀ ਅਸੀਂ ਕਰ ਦਾਂਗੇ ਜੀ, ਇਹਨਾਂ ਨੂੰ ਅਸੀਂ ਡੈਫੀਨੇਟਲੀ ਜਿਹੜਾ ਹੈਗਾ 15 ਅਗਸਤ ਤੱਕ ਇਹਨਾਂ ਨੂੰ ਵੀ ਕਰ ਦਾਂਗੇ ਜੀ, ਇੱਥੇ ਵੀ ਜਿਵੇਂ ਬਾਕੀ ਸਰਕਾਰੀ ਹਸਪਤਾਲਾਂ 'ਚ ਮਿਲਦੀਆਂ, ਮੈਡੀਕਲ ਕਾਲਜਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ। ਇਹ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਜੀ, ਇਹ ਆਲਟਰਨੇਟ ਸਰਕਟ ਹੈ, ਪਿਛਲੀ ਵਾਰੀ ਜਿਹੜਾ ਸੀਗਾ ਰਜਿੰਦਰਾ ਹਸਪਤਾਲ ਦੇ ਵਿੱਚ ਨਾ ਜੀ, ਪਿਛਲੇ ਹਫ਼ਤੇ ਰਾਤ ਨੂੰ ਦਿੱਕਤ ਆਈ ਸੀ, ਉਹਦੇ 'ਚ ਜਿਹੜੀ ਬਡੂੰਗਰ ਤੋਂ ਲਾਈਨ ਆਉਂਦੀ ਹੈ, ਅੰਡਰਗਰਾਊਂਡ ਲਾਈਨ ਹੈ, ਉਹਦੇ 'ਚ ਫਾਲਟ ਪੈ ਗਿਆ ਸੀਗਾ ਔਰ ਬਿਜਲੀ ਦੀ ਡਿਸਟਰਪਸ਼ਨ ਹੋਈ ਸੀ ਔਰ ਮਰੀਜ਼ਾਂ ਨੂੰ ਬਹੁਤ ਦਿੱਕਤ ਆਈ ਸੀ, ਅਤੇ ਸਾਡਾ ਬਡੂੰਗਰ ਦੇ ਵਿੱਚ 66 KV ਦੀ 2 ਆਲਟਰਨੇਟ ਲਾਈਨਸ ਆਈਆਂ ਜੀ, ਠੀਕ ਹੈ ਜੀ, ਇੱਕ ਸ਼ਕਤੀ ਵਿਹਾਰ ਤੋਂ ਆਉਂਦੀ ਹੈ, ਇੱਕ ਜਿਹੜੀ ਦੂਜੀ ਆਉਂਦੀ ਹੈ ਜਿਹੜੀ ਆਪਣੇ, ਹਾਂਜੀ ਦੂਜੀ ਪਛਾਣੇ ਵਾਲੀ ਹੈ ਜੀ। ਮੈਂ ਉਹਨਾਂ ਨੂੰ ਕਿਹਾ ਵੀ ਸਾਨੂੰ ਜਿਹੜੀ ਆਲਟਰਨੇਟ ਹੈ ਉਹ ਇੱਥੇ ਚਾਹੀਦੀ ਹੈ, ਹੁਣ ਇਹਨਾਂ ਨੇ ਇੱਕ ਇਹ ਬਡੂੰਗਰ ਤੋਂ ਆ ਰਹੀ ਹੈ ਜੀ, ਅਤੇ ਜਿਹੜੀ ਦੂਜੀ ਹੈਗੀ ਹੈ ਉਹ ਜਿਹੜਾ ਪੁਰਾਣਾ ਬੱਸ ਸਟੈਂਡ ਹੈ ਉੱਥੋਂ ਆਉਂਦੀ ਹੈ, ਅਤੇ ਤੀਜੀ ਅਸੀਂ ਇੱਕ ਹੋਰ ਲਗਾ ਰਹੇ ਹਾਂ ਉਹ ਸ਼ਕਤੀ ਵਿਹਾਰ ਤੋਂ ਆਏਗੀ ਜੀ, ਸੋ 3 ਸੋਰਸ ਹੋਣਗੇ ਇੱਥੇ, ਜੇ ਇੱਕ ਸੋਰਸ ਫੇਲ ਹੋ ਜਾਵੇ ਦੂਜਾ ਹੋ ਜਾਵੇ ਤੀਜਾ, ਬਾਈ ਚਾਂਸ ਕਦੇ ਵੈਸੇ ਇੱਦਾਂ ਹੋਇਆ ਨਹੀਂ, ਜੇ ਤੀਜਾ ਹੋ ਜਾਵੇ ਤਾਂ ਜਨਰੇਟਰ ਵੀ ਸਾਡੇ ਜਿਹੜੇ ਹੈਗੇ ਉਹ ਬਿਲਕੁਲ ਟਿਪ ਟਾਪ ਹੋਣਗੇ, ਉਹਨਾਂ 'ਚ ਡੀਜ਼ਲ ਪਿਆ ਹੋਏਗਾ ਔਰ ਉਹਨਾਂ ਦੇ ਵਿੱਚ ਪੱਤੀਆਂ, ਅਤੇ ਮੈਂ ਇਹਦੀ ਫੋਲੋਅਪ ਹੈ, ਮੈਂ ਇਹਨੂੰ ਹਰ ਹਫ਼ਤੇ ਰਿਵਿਊ ਕਰੂੰਗਾ ਜਿੰਨੀ ਦੇਰ ਜਿਹੜਾ ਸਿਸਟਮ ਹੈ ਪਰਫੈਕਟ ਹੋ ਜਾਵੇ। ਅਗਲੀ ਗੱਲ ਹੈ ਵੀ ਇੱਥੇ ਤੱਕ ਅਸੀਂ ਪਹੁੰਚਾ ਦਿੱਤੀ, ਪਹਿਲਾਂ ਬਡੂੰਗਰ ਤੱਕ ਸੀਗੀ ਜੀ ਜਿੱਥੇ ਇਹਨਾਂ ਦਾ 66 KV ਦਾ, ਫਿਰ ਇੱਥੇ ਇੱਕ ਲਾਈਨ ਆ ਗਈ, ਹੁਣ ਇੱਥੇ 3 ਹੋ ਗਈਆਂ, ਹੁਣ ਇਹਨਾਂ ਨੂੰ ਮੈਂ ਹਸਪਤਾਲ ਦੇ ਅੰਦਰ ਲੈ ਕੇ ਜਾਵਾਂਗਾ 3 ਤੋਂ, ਜੇ ਅੱਗੇ ਵੀ ਜਿਹੜਾ ਇਹਨਾਂ ਦਾ ਬਕਸਾ ਲੱਗਦਾ ਜਿਹੜਾ ਜਿਵੇਂ MCH ਦਾ ਬਕਸਾ ਹੈ ਜਾਂ ਸੁਪਰ ਸਪੈਸ਼ਲਿਟੀ ਵਿਕਦਾ ਜਾਂ ਐਮਰਜੈਂਸੀ ਦਾ ਬਕਸਾ, ਉਹ ਵੀ ਡਬਲ ਹੋਏਗਾ ਜੀ, ਮਤਲਬ ਬਾਈ ਚਾਂਸ ਬਕਸੇ ਦੇ ਵਿੱਚ ਫਾਲਟ ਆ ਗਿਆ ਕੋਈ ਵੀ, ਤਾਂ ਕਿ ਕਿਸੇ ਵੀ ਨੌਬਤ ਵਿੱਚ ਸਾਡੇ ਕਿਸੇ ਵੀ ਮਰੀਜ਼ ਨੂੰ ਜਿਹੜਾ ਸੀਰੀਅਸਲੀ, ਕਿਉਂਕਿ ਸਾਡੇ ਕੋਲ ਬਹੁਤ ਸੀਰੀਅਸ ਕ੍ਰਿਟੀਕਲ ਲਾਈਫ ਸਪੋਰਟ 'ਤੇ ਪਏ ਹੁੰਦੇ ਆ ਪੇਸ਼ੈਂਟ ਜਿਹੜੇ ਸਾਡੇ ਪਏ ਹੁੰਦੇ ਕ੍ਰਿਟੀਕਲ ਪੇਸ਼ੈਂਟਸ, ਸੋ ਉਹਨਾਂ ਨੂੰ ਬਿਜਲੀ ਦੀ ਜਿਹੜੀ ਰਿਸੈਪਸ਼ਨ ਹੈ ਉਹਨਾਂ ਵਾਸਤੇ 1 ਮਿੰਟ ਵੀ ਬਹੁਤ ਹੈ, ਸਾਡੀ ਕੋਸ਼ਿਸ਼ ਹੋਏਗਾ ਕਿ ਫਰੈਕਸ਼ਨ ਆਫ ਸੈਕਿੰਡ ਦੇ ਵਿੱਚ ਇੱਥੋਂ ਵੀ ਚੇਂਜ ਹੋ ਜਾਵੇ, ਬਕਸੇ ਤੋਂ ਵੀ ਚੇਂਜ ਹੋ ਜਾਵੇ, ਅਤੇ ਕਿਸੇ ਨੂੰ ਕੋਈ ਦਿੱਕਤ ਨਾ ਆਵੇ, ਸੋ ਪੂਰਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ, ਸਾਡੀ ਜਿਹੜੀ ਸਰਕਾਰ ਹੈ ਮਾਨ ਸਰਕਾਰ ਹੈ ਉਹ ਕਮਿਟਡ ਹੈ ਲੋਕਾਂ ਵਾਸਤੇ, ਔਰ ਅਸੀਂ ਜ਼ਮੀਨ 'ਤੇ ਧਰਾਤਲ 'ਤੇ ਜਾ ਕੇ ਸਾਰੀ ਦੇਖਦੇ ਹਾਂ ਪ੍ਰੋਬਲਮ ਕੀ ਹੈ, ਉਹਨੂੰ ਫਿਰ ਸਟੱਡੀ ਕਰਦੇ ਹਾਂ, ਫਿਰ ਉਹਦਾ ਪੱਕਾ ਹੱਲ ਕਰਦੇ ਹਾਂ। ਕੱਲ੍ਹ ਮੈਂ ਮਹੱਲਿਆਂ ਦੇ ਵਿੱਚ ਵੀ ਜਾ ਕੇ ਆਇਆ ਜੀ,
ਜਿਹੜੀਆਂ ਸਾਡੀਆਂ ਸੀਵਰੇਜ ਦੀਆਂ ਲਾਈਨਾਂ ਉਹ ਬਹੁਤ ਪੁਰਾਣੀਆਂ ਹੈਗੀਆਂ, ਪਾਈਪ ਲੀਕ ਕਰਦਾ ਸੀਗਾ। ਹੁਣ ਅਸੀਂ ਇਹ ਕੀਤਾ ਵੀ ਜਿੱਥੇ ਇੱਕ ਵਾਰੀ ਡਾਇਰੀਆ ਹੋ ਗਿਆ ਉਹਦਾ ਅਸੀਂ ਇਲਾਜ ਤਾਂ ਕਰਨਾ ਹੀ ਕਰਨਾ, ਲੇਕਿਨ ਲੱਭਣਾ ਵੀ ਉਹਦਾ ਨੁਕਸ ਕੀ ਆ, ਕਿੱਥੇ ਆ, ਉਹਦੇ ਕਾਰਨ ਕੀ ਆ, ਉਹਨੂੰ ਠੀਕ ਕਰਨਾ, ਉਹ ਅਸੀਂ ਕੱਲ੍ਹ ਕਰਾ ਕੇ ਆਏ। ਬਹੁਤ ਸਾਰੇ ਤੁਹਾਡੇ ਪਟਿਆਲੇ ਦੇ ਵਿੱਚ ਜਿਹੜਾ ਟਰੋਮਾ ਸੈਂਟਰ ਬਣ ਰਿਹਾ ਜੀ, ਸਟੇਟ ਆਫ ਦੀ ਆਰਟ ਹੋਏਗਾ, ਬਿਲਕੁਲ ਕੋਆਪਰੇਟ ਹੋਸਪਿਟਲ ਵਰਗਾ ਬਹੁਤ ਵਧੀਆ ਹੋਏਗਾ, ਔਰ ਇਹਦੇ ਨਾਲ ਕ੍ਰਿਟੀਕਲ ਕੇਅਰ ਯੂਨਿਟ ਬਣ ਰਿਹਾ ਹੈਗਾ, ਸੁਪਰ ਸਪੈਸ਼ਲਿਟੀ ਵਿੰਗ ਹੈ ਸਾਡੇ ਕੋਲ। ਹੁਣ ਅਸੀਂ ਇਹਨਾਂ ਨੂੰ ਸਾਰੇ ਸਾਡੇ ਕੋਲ ਸਾਰਾ ਕੁਛ ਹੈ ਮੈਡੀਕਲ ਕਾਲਜ, ਅਸੀਂ ਹੁਣ ਐਫੀਸ਼ੈਂਟਲੀ ਰਨ ਕਰਨਾ, ਉਹ ਸਾਡੀ ਅਗਲੀ ਪ੍ਰਾਇਰਟੀ, ਉਹਦੇ ਵਾਸਤੇ ਰਿਸੋਰਸਿਸ ਵੀ ਸਾਡੇ ਅਸੀਂ ਤਰੀਕਾ ਲੱਭ ਰਿਹਾ ਉਹਦਾ ਵੀ, ਫਿਰ ਲੋਕ ਹਸਪਤਾਲਾਂ ਦੇ ਵਿੱਚ ਸਫਾਈ ਏ ਕਲਾਸ ਹੋਏਗੀ ਜੀ, ਦਵਾਈ ਮਿਲੇਗੀ ਔਰ ਸਟਾਫ ਬਹੁਤ ਕਰਟੀਅਸ ਹੋਏਗਾ, ਪੇਸ਼ੈਂਟ ਫੈਸਿਲੀਟੇਸ਼ਨ ਸੈਂਟਰ ਬਣਨਗੇ। ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਪੰਜਾਬ ਦੇ ਮੈਡੀਕਲ ਕਾਲਜ ਹੋਣ ਜਾਂ ਹਸਪਤਾਲ ਹੋਣ, ਉਹਨਾਂ ਦੀ ਐਗਜ਼ਾਮਪਲ ਦਿੱਤੀ ਜਾਵੇ। ਇਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਵੜ ਰਿਹਾ, ਜਿਹੜਾ ਲੁਧਿਆਣੇ ਦਾ ਸਿਵਲ ਹਸਪਤਾਲ ਹੈ ਵੀ ਲਾਈਕ ਐਨੀ ਅਦਰ ਕੋਆਪਰੇਟ ਹੋਸਪਿਟਲ, ਉੱਥੇ ਬੜੀਆਂ ਪ੍ਰੋਬਲਮ ਸੀਗੀਆਂ, ਉਹ ਵੀ ਸੋਰਟ ਆਊਟ ਕਰ ਰਹੇ ਹਾਂ। ਫਿਰ ਜਲੰਧਰ, ਫਿਰ ਅੰਮ੍ਰਿਤਸਰ, ਗ੍ਰੈਜੂਏਟ ਅਸੀਂ ਸਾਰੇ ਜਿੰਨੇ ਸਾਡੇ ਡਿਸਟ੍ਰਿਕਟ ਹੋਸਪਿਟਲ ਹੈ ਮੈਡੀਕਲ ਕਾਲਜ ਬਣ ਰਹੇ ਆ, ਉਹਦੇ ਵਾਸਤੇ ਵੀ ਅਸੀਂ ਉਹਦਾ ਤੋੜ ਲੱਭਿਆ ਕਿ ਪਹਿਲਾਂ ਅਸੀਂ ਜਿਹੜਾ ਹੈਗਾ ਡਿਸਟ੍ਰਿਕਟ ਲੈਵਲ ਦੇ ਉੱਤੇ 100 ਦੀ ਬਜਾਏ 50 ਸੀਟਾਂ ਵਾਲੇ ਮੈਡੀਕਲ ਕਾਲਜ ਸ਼ੁਰੂ ਕਰ ਰਹੇ ਹਾਂ, ਔਰ ਮੇਰੀ ਕੋਸ਼ਿਸ਼ ਹੈ ਕਿ ਸਾਡੇ ਜਿਹੜੇ ਅਗਲੇ 2 ਸਾਲ ਦੇ ਵਿੱਚ ਸਾਡੇ ਘੱਟੋ ਘੱਟ ਵੀ 5 ਜਾਂ 6 ਹੋਰ ਮੈਡੀਕਲ ਕਾਲਜ ਅਸੀਂ ਐਡ ਕਰਾਂਗੇ। ਦੇਖੋ ਪਿਛਲੇ ਹਫ਼ਤੇ ਮੈਂ ਸ਼ਨੀਵਾਰ ਨੂੰ ਆਇਆ ਸੀਗਾ, ਉਹ ਇਸ ਕਰਕੇ ਮੈਂ ਮੇਰੀ ਉਹ ਐਮਰਜੈਂਸੀ ਦੇ ਵਿੱਚ ਵਿਜ਼ਿਟ ਸੀ, ਇਸ ਕਰਕੇ ਸੀ ਕਿ ਪਾਵਰ ਫੇਲਿਓਰ ਹੋਇਆ ਸੀਗਾ ਜੀ। ਪਾਵਰ ਫੇਲਿਓਰ ਜਦੋਂ ਹੋਇਆ ਉਹਦੇ ਨਾਲ ਨਾ ਬਹੁਤ ਸਾਰੇ ਪੇਸ਼ੈਂਟਸ ਨੂੰ ਜਿਹੜੇ ਲਾਈਫ ਸਪੋਰਟ 'ਤੇ ਹੁੰਦੇ ਆ, ਚਾਹੇ ਉਹ ਸਾਡੇ ਮਤਲਬ ਕ੍ਰਿਟੀਕਲ ਕੇਅਰ ਜਾਂ ਐਮਰਜੈਂਸੀ ਦੇ ਵਿੱਚ ਹੋਣ ਜਾਂ ਸੁਪਰ ਸਪੈਸ਼ਲਿਟੀ ਵਿੰਗ ਦੇ ਵਿੱਚ ਹੋਣ, ਅਤੇ ਜਾਂ ਸਾਡੇ ਜਿਹੜੇ MCH ਵਿੱਚ ਕੋਈ ਡਿਲੀਵਰੀ ਹੋ ਰਹੀ ਆ, ਕੋਈ ਸਜੇਰੀਅਨ ਹੋ ਰਿਹਾ, ਜਾਂ ਸਰਜਰੀ ਦੇ ਵਿੱਚ ਕੋਈ ਐਮਰਜੈਂਸੀ ਸਰਜਰੀ ਹੋ ਰਹੀ ਆ, ਸੋ ਉੱਥੇ ਅਸੀਂ ਓਪਰੇਸ਼ਨ ਥੀਏਟਰ ਦੇ ਵਿੱਚ ਅਸੀਂ ਇੱਕ ਮਤਲਬ ਇੱਕ ਮਿੰਟ ਵਾਸਤੇ ਵੀ ਜਿਹੜਾ ਓਪਰੇਸ਼ਨ ਜਿਹੜਾ ਓਪਰੇਸ਼ਨ ਥੀਏਟਰ ਦੇ ਵਿੱਚ ਆ, ਉਹ ਲਾਈਟ ਦਾ ਜਿਹੜਾ ਅਸੀਂ ਨਾ ਫੇਲਰ ਟੋਲਰੇਟ ਨਹੀਂ ਕਰ ਸਕਦੇ, ਉਹ ਐਕਸੈਪਟੇਬਲ ਨਹੀਂ ਹੈ। ਸੋ ਉਹਦੇ ਵਾਸਤੇ ਮੈਂ ਸਾਰਾ ਜਿਹੜਾ ਸਾਰੇ ਇਸ਼ੂ ਨੂੰ ਸਟੱਡੀ ਕੀਤਾ, ਸਾਰੇ ਡਿਪਾਰਟਮੈਂਟ ਬੁਲਾਏ, ਚੇਅਰਮੈਨ ਦੀ IPSPCL ਤੋਂ, ਡਿਪਟੀ ਕਮਿਸ਼ਨਰ, ਆਪਣੇ ਜਿਹੜੇ ਤੁਹਾਡੇ ਹੈਗੇ ਆ ਮੈਡੀਕਲ ਸੁਪਰਡੈਂਟ, ਉਹ ਸਾਰੇ ਇਹਨਾਂ ਦੇ ਜਿਹੜੇ ਫੈਕਲਟੀ ਵਾਲੇ ਇਲੈਕਟ੍ਰੀਕਲ ਵਿੰਗ ਵਾਲੇ ਸਾਰਿਆਂ ਨਾਲ ਇੰਟਰੈਕਟ ਕੀਤਾ ਅਤੇ ਉਹਨੂੰ ਸਟੱਡੀ ਕੀਤਾ ਪ੍ਰੋਬਲਮ। ਉਹਦੇ 'ਚ ਇਹ ਸੀਗਾ ਕਿ ਸਾਡੇ ਕੋਲ ਬਡੂੰਗਰ ਤੱਕ ਤਾਂ 2 ਲਾਈਨਾਂ ਸੀ ਸਾਡੇ ਕੋਲ, ਬਟ ਉਸ ਤੋਂ ਅੱਗੇ ਅੰਡਰਗਰਾਊਂਡ ਇੱਕ ਲਾਈਨ ਆਉਂਦੀ ਸੀ ਜਿਹੜਾ ਸਾਡਾ ਗ੍ਰਿੱਡ ਆ, ਜਿਹੜਾ ਰਜਿੰਦਰਾ ਹਸਪਤਾਲ ਦਾ ਗ੍ਰਿੱਡ ਆ, ਉਹ ਲਾਈਨਾਂ ਮੈਂ ਕਿਹਾ ਅਸੀਂ ਡਬਲ ਕਰਾਂਗੇ, ਅੱਜ ਡਬਲ ਹੋ ਗਈ ਹੈ ਜੀ, ਸ਼ੁਰੂਆਤ ਕਰ ਦਿੱਤੀ ਹੈ ਉਹਦੀ, ਅਤੇ ਅਸੀਂ ਉਹਨੂੰ ਟ੍ਰਿਪਲ ਕਰ ਰਹੇ ਹਾਂ ਜੀ। ਤੀਜੀ ਸ਼ਕਤੀ ਵਿਹਾਰ ਤੋਂ ਲੈ ਕੇ ਰਹੇ ਹਾਂ, ਇਹ ਪੁਰਾਣੇ ਬੱਸ ਸਟੈਂਡ ਤੋਂ ਆਈ ਹੈ, 3 ਅਲੱਗ ਅਲੱਗ ਸੋਰਸ ਹੋਣਗੇ ਸਾਡੇ ਕੋਲ ਐਨਰਜੀ ਵਾਲੇ, ਮਤਲਬ ਬਹੁਤ ਰੇਅਰ ਹੋਏਗਾ, ਐਕਸੈਪਸ਼ਨ ਹੋਏਗਾ ਕਿ ਸਾਡੀ ਜਿਹੜੀ ਬਿਜਲੀ ਦੀ ਸਪਲਾਈ ਦਾ ਫੇਲਰ ਹੋ ਜਾਵੇ, ਅਤੇ ਜਨਰੇਟਰ ਵੀ ਸਾਡੇ ਕੋਲ ਜਿਹੜੇ ਹੈਗੇ ਆ ਉਹਨਾਂ ਦਾ ਵੀ ਅਸੀਂ ਸਾਰਾ ਸਿਸਟਮ ਠੀਕ ਕੀਤਾ ਕਿ ਉਹਨਾਂ ਦੀਆਂ ਬੈਟਰੀਆਂ ਨੂੰ ਫਿਕਸ ਕਰਤਾ ਜਾਵੇ, ਬੈਂਕ ਕਰਤਾ ਜਾਵੇ, ਔਰ ਉਹਨਾਂ ਦਾ ਇੱਕ ਚੌਕਠਾ ਜਿਹਾ ਬਣਾ ਕੇ ਉਹਨੂੰ ਸਿਕਿਓਰ ਕਰਤਾ ਜਾਵੇ, ਔਰ ਡੀਜ਼ਲ ਸਾਡੇ ਕੋਲ ਸਟੋਰਡ ਹੋਣਾ ਚਾਹੀਦਾ ਐਟਲੀਸਟ ਫੋਰ 4-5 ਆਵਰਸ। ਸਾਡੇ ਕੋਲ 20 ਜਨਰੇਟਰ ਹੈ, ਉਹ ਵੀ ਅਸੀਂ ਪੂਰਾ ਉਹਦਾ ਵੀ ਬੰਦੋਬਸਤ ਕਰ ਰਹੇ ਹਾਂ। ਸੋ ਇਹ ਮੇਰੀ ਫੋਲੋ ਅਪ ਵਿਜ਼ਿਟ ਹੈ, ਉਹ ਸਾਰਾ ਕੁਝ ਅਸੀਂ ਜਿਹੜਾ ਹੈਗਾ ਉਹਦੇ 'ਚ ਪਹਿਲੀ ਸਾਡੀ ਪ੍ਰੋਗਰੈਸ ਇਹ ਹੈ ਵੀ ਸਾਡੀ ਜਿਹੜੀ ਹੈ ਗ੍ਰਿਡ 'ਤੇ ਲਾਈਨ ਡਬਲ ਹੋ ਗਈ ਹੈ। ਅਗਲੀ ਵਾਰੀ ਦਾ ਜਿਹੜਾ ਹੈਗਾ ਇਹ ਐਸਟੀਮੇਟ ਬਣਾ ਰਹੇ, ਮੈਨੂੰ ਅਸੀਂ ਨੇ ਦੱਸਿਆ ਉਹ ਅਗਲੇ ਹਫ਼ਤੇ 'ਚ ਸਾਡੀ ਜਿਹੜਾ ਤੁਹਾਡੇ ਹੋਸਪਿਟਲ ਜਿੱਥੇ ਸਪਲਾਈ ਦੇਣੀ ਹੈ, ਚਾਹੇ MCH ਵਿੰਗ ਹੈ, ਓਪਰੇਸ਼ਨ ਥੀਏਟਰ ਹੈ, ਐਮਰਜੈਂਸੀ ਟਰੋਮਾ ਸੈਂਟਰ ਹੈ, ਜਾਂ ਸਾਡਾ ਜਿਹੜਾ ਤੁਹਾਡਾ ਮਲਟੀ ਸਪੈਸ਼ਲਿਟੀ ਵਿੰਗ ਹੈ, ਉੱਥੇ ਤੱਕ ਜਿਹੜੀਆਂ ਲਾਈਨਾਂ ਉਹ ਸਾਰੀਆਂ ਡਬਲ ਹੋਣ। ਜਿਹੜਾ ਸਾਡਾ ਫਾਲਟ ਹੈ ਨਾ ਜੀ, ਉਹ ਜਿਹੜੇ ਜਿਹਨਾਂ ਨੇ ਪਾਣੀ ਦੀ ਸਪਲਾਈ ਦੇਣੀ ਹੈ, ਜੋ ਕਿ ਨਗਰ ਨਿਗਮ ਹੈ ਪਟਿਆਲੇ ਦੇ ਵਿੱਚ, ਕਿਤੇ ਮਿਊਂਸਪਲ ਕਮੇਟੀ ਹੋ ਸਕਦੀ ਹੈ, ਬਾਕੀ ਜਗ੍ਹਾ 'ਤੇ ਵੀ ਹੋ ਰਿਹਾ ਪੰਜਾਬ ਦੇ ਵਿੱਚ, ਜਾਂ ਤਾਂ ਉਹਦੇ ਵਿੱਚ ਹੈਪਾਟਾਈਟਸ ਏ ਦਾ ਹੋਇਆ, ਨਵੇਂ ਸ਼ਹਿਰ 'ਚ ਕੋਲਰਾ ਦਾ ਹੋਇਆ, ਹੋਰ ਮੋਹਾਲੀ ਦੇ ਵਿੱਚ ਕੋਲਰਾ ਦਾ ਹੋ ਗਿਆ। ਸੋ ਉਹਦੇ 'ਚ ਬੇਸਿਕਲੀ ਮੈਂ ਜਿਹੜਾ ਹੈਗਾ, ਅਸੀਂ ਇਹ ਪਹਿਲੀ ਵਾਰੀ ਹੈ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਇੰਟਰ ਸੈਕਟੋਰਲ ਕੋਆਰਡੀਨੇਸ਼ਨ, ਉਹਨਾਂ ਨੇ ਮਿਨਿਸਟਰ ਦੇ ਲੈਵਲ 'ਤੇ ਔਰ ਜਿਹੜੇ ਪ੍ਰਿੰਸੀਪਲ ਸੈਕਟਰੀ ਹੈਗੇ ਆ ਉਹਦੇ ਲੈਵਲ 'ਤੇ, ਸਿਹਤ ਮਹਿਕਮਾ ਲੀਡ ਡਿਪਾਰਟਮੈਂਟ ਹੈ ਜੀ, ਔਰ ਉਹਦੇ ਵਿੱਚ ਅਰਬਨ ਲੋਕਲ ਬਾਡੀਜ਼ ਜਿਹਦੇ 'ਚ ਮਿਊਂਸਪਲ ਕਮੇਟੀ, ਮਿਊਂਸਪਲ ਕਾਰਪੋਰੇਸ਼ਨ, 2 ਨੰਬਰ 'ਤੇ ਉਹਦੇ 'ਚ ਹੈਗਾ ਜੀ ਜਿਹੜੇ ਤੁਹਾਡੇ ਪੁੱਡਾ ਜਾਂ PDA ਜਾਂ ਗਮਾਡਾ ਜਿਹੜੀਆਂ ਹੈਗੀਆਂ ਉਹ, 3 ਨੰਬਰ 'ਤੇ ਜਿਹੜਾ ਤੁਹਾਡਾ ਹੈਗਾ ਇੰਪਰੂਵਮੈਂਟ ਟਰੱਸਟ, ਔਰ ਇਹਦੇ ਨਾਲ ਨਾਲ ਜਿਹੜੇ ਪਿੰਡਾਂ ਦੇ ਵਿੱਚ ਹੈਗਾ ਜੀ ਉਹ ਹੈਗਾ ਤੁਹਾਡੇ ਵਾਟਰ ਸਪਲਾਈ ਸੈਨੀਟੇਸ਼ਨ ਦਾ ਡਿਪਾਰਟਮੈਂਟ ਹੈ, ਨਾਲ ਬਲੋਕ ਜਿਹੜੇ ਤੁਹਾਡੇ ਰੂਰਲ ਡਿਵੈਲਪਮੈਂਟ ਪੰਚਾਇਤ ਦਾ ਹੈਗਾ,
ਇਹਦੇ ਨਾਲ ਐਨੀਮਲ ਹਸਬੈਂਡਰੀ ਨੂੰ ਵੀ ਅਸੀਂ ਜੋੜਿਆ, ਐਜੂਕੇਸ਼ਨ ਡਿਪਾਰਟਮੈਂਟ ਨੂੰ ਇਹਦੇ ਨਾਲ ਜੋੜਿਆ, ਅਤੇ ਇਹ ਸਾਰੇ ਜਿਹੜੇ ਹੈਗੇ ਆ ਮਹਿਕਮਾ ਦੀ ਇੱਕ ਸਟੇਟ ਲੈਵਲ 'ਤੇ ਕੋਆਰਡੀਨੇਸ਼ਨ ਕਮੇਟੀ ਆ ਉਹਦਾ ਮੋਨੀਟਰਿੰਗ ਸੈੱਲ ਹੈ ਉਹਦਾ। ਇਸੇ ਤਰ੍ਹਾਂ ਹਰ ਡਿਸਟ੍ਰਿਕਟ ਲੈਵਲ ਦੇ ਉੱਤੇ ਅੰਡਰ ਦਾ ਚੇਅਰਮੈਨਸ਼ਿਪ ਆਫ ਦਾ ਡੈਪਟੀ ਕਮਿਸ਼ਨਰ ਸਿਵਲ ਸਰਜਨ ਔਰ ਇਹਨਾਂ ਬਾਕੀ ਸਾਰੇ ਡਿਪਾਰਟਮੈਂਟਸ ਦੇ ਐਕਸੀਅਨ ਜਾਂ ਈਓ ਜਿਹੜੇ ਹੈਗੇ ਆ ਉਹਦੇ ਮੈਂਬਰ ਆ। ਸੋ ਇੱਕ ਜਿਹੜਾ ਇੰਟਰਸੈਕਟੋਰਲ ਕੋਆਰਡੀਨੇਸ਼ਨ ਹੈ। ਹੁਣ ਅਸੀਂ ਨਵਾਂ ਇਹ ਕੀਤਾ ਕਿ ਜਿੱਥੇ ਡਾਇਰੀਆ ਦਾ ਕੇਸ ਆ ਗਿਆ ਉੱਥੇ ਇਮੀਡੀਏਟਲੀ ਆਲਟਰਨੇਟ ਸੋਰਸ ਆਫ ਪੋਰਟੇਬਲ ਵਾਟਰ, ਪੀਣ ਲਈ ਉਹਦਾ ਇੱਕ ਨਵਾਂ ਸੋਰਸ ਜਿਹੜਾ ਕਿ ਪੋਲਿਊਟਡ ਨਾ ਹੋਵੇ, ਨੋਰਮਲ ਜਿਹੜਾ ਵਾਟਰ ਸਪਲਾਈ ਆ ਉਹ ਤੋਂ ਪਾਣੀ ਨਹੀਂ ਪੀਣਾ, ਟੈਂਕਰ ਨਾਲ ਪੋਰਟੇਬਲ ਪਾਣੀ ਟੈਸਟ ਕਰਕੇ ਸਪਲਾਈ ਕਰਦੇ ਹਾਂ ਉਹ ਪੀਣਾ। ਨੰਬਰ 2 'ਤੇ ਜਿਹੜਾ ਹੈਗਾ ਵੀ ਉਹ ਮਿਕਸਿੰਗ ਕਿੱਥੇ ਹੋਈ ਆ, ਉਹ ਫਾਲਟ ਕਿੱਥੇ ਆ, ਉਹਨੂੰ ਲੱਭ ਕੇ ਅਸੀਂ ਝਿੱਲ ਵਿੱਚ ਵੀ ਠੀਕ ਕੀਤਾ ਉਹਨੂੰ। ਕੱਲ੍ਹ ਅਸੀਂ ਨਿਊ ਯਾਦ ਮੰਦਰਾ ਕਾਲਜ, ਮੈਂ ਖੁਦ ਜਾ ਕੇ ਦੇਖ ਰਿਹਾ, ਸਾਰੇ ਅਫਸਰ ਜਾ ਰਹੇ ਆ ਹਰ ਜਗ੍ਹਾ 'ਤੇ। ਇਸੇ ਤਰ੍ਹਾਂ ਮੋਹਾਲੀ ਦੇ ਵਿੱਚ ਮੈਂ ਡਿਪਟੀ ਕਮਿਸ਼ਨਰ ਨਾਲ ਇਨ ਟੱਚ ਹੈ, ਫਰੀਦਕੋਟ ਦੇ ਵਿੱਚ ਇਨ ਟੱਚ ਹੈ, ਜਿੱਥੇ ਜਿੱਥੇ ਵੀ ਡਾਇਰੀਆ ਦੇ ਕੇਸਿਸ ਆਏ ਔਰ ਬਾਕੀ ਸਾਰੇ ਵੀ। ਇਹ ਅਸੀਂ ਜਿਹੜਾ ਹੈਗਾ ਇਹ ਅੰਮ੍ਰਿਤ ਕੂਹ ਦੇ ਵਿੱਚ ਜਿਹੜੀਆਂ ਸਾਡੀਆਂ ਇੱਕ ਜਿਵੇਂ ਇੱਕ ਐਂਬੂਲੈਂਸ ਹੁੰਦੀ ਆ ਉਹਦੀ ਲਾਈਫ 15 ਸਾਲ ਹੁੰਦੀ ਹੈ, ਜਿਹੜੀ ਸਾਡੀਆਂ ਪੁਰਾਣੀ ਦੀਆਂ ਸਪਲਾਈ ਦੀਆਂ ਲਾਈਨਸ ਆਈਆਂ ਜਿਹੜੀਆਂ 20-25 ਸਾਲ ਪੁਰਾਣੀਆਂ ਜਿਨ੍ਹਾਂ ਦੀ ਕੋਈ ਹੁਣ ਮਿਆਦ ਖਤਮ ਹੋ ਚੁੱਕੀ ਆ, ਉਹ ਅਸੀਂ ਸਾਰੀਆਂ ਨਵੀਆਂ ਲੇ ਕਰਾਂਗੇ ਜੀ। ਉਹਨੂੰ ਟਾਈਮ ਲੱਗੇਗਾ ਥੋੜ੍ਹਾ ਜਿਹਾ, ਬਟ ਅਜੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਵੀ ਤੁਸੀਂ ਕਨੈਕਸ਼ਨ ਲੈਣਾ ਉਹਨੂੰ ਆਥੋਰਾਈਜ਼ ਜਿਹੜਾ ਤੁਹਾਡਾ ਬੰਦਾ, ਜਿਹੜੀ ਤੁਹਾਡੀ ਅਰਬਨ ਲੋਕਲ ਬੋਡੀ ਆ ਜਾਂ ਰੂਰਲ ਲੋਕਲ ਬੋਡੀ ਆ, ਉਹਨਾਂ ਦਾ ਇੰਜੀਨੀਅਰ ਬੁਲਾ ਕੇ ਉਹਨਾਂ ਦੀ ਪ੍ਰੈਜੈਂਸ ਦੇ ਵਿੱਚ ਉਹਨੂੰ ਠੀਕ ਤਰੀਕੇ ਨਾਲ ਕਨੈਕਸ਼ਨ ਲਓ ਪਾਣੀ ਦਾ। ਉਹ ਕੋਈ ਪ੍ਰਾਈਵੇਟ ਪਲੰਬਰ ਬੁਲਾ ਕੇ ਉਹ ਤੋਂ ਕਨੈਕਸ਼ਨ ਕਰਾ ਲੈਂਦੇ, ਉੱਥੇ ਲੀਕਿੰਗ ਜੁਆਇੰਟ ਰਹਿ ਜਾਂਦਾ। ਇੱਕ ਤਾਂ ਉਹ ਕਾਰਨ ਆ ਜੀ, ਦੂਜਾ ਲੋਕ ਟੁੱਲੂ ਪੰਪ ਯੂਜ਼ ਕਰਦੇ ਆ, ਉਹ ਆਪਣੀ ਸਪਲਾਈ ਜਿਹੜੀ ਹੈਗੀ ਆ ਮੇਰਾ ਖਿਆਲ ਇਸ ਸਾਲ ਦੇ ਐਂਡ ਤੱਕ ਸ਼ੁਰੂ ਹੋ ਜਾਵੇਗੀ, 24/7 ਹੋਏਗਾ, ਪੋਜ਼ਿਟਿਵ ਪ੍ਰੈਸ਼ਰ ਹੋਏਗਾ, ਤਾਂ ਇਹ ਜਿਹੜੀਆਂ ਪ੍ਰੋਬਲਮਸ ਆ ਡਾਇਰੀਆ ਦੀਆਂ ਇਹ ਅਸੀਂ ਓਵਰਕਮ ਕਰ ਸਕਦੇ।